800 ਸਾਲ ਪਹਿਲਾਂ ਵਸਾਈ ਗਈ ਬਾਬਾ ਫਰੀਦ ਦੀ ਨਗਰੀ ਫਰੀਦਕੋਟ ਨੂੰ ਦਰਅਸਲ ਪਹਿਲਾਂ ਮੁਕਲਹੜ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜਿਸ ਦਾ ਨਿਰਮਾਣ ਰਾਜਾ ਮੁਕਲ ਸੀ ਨੇ ਕੀਤਾ ਸੀ। ਸਬਬ ਇੰਝ ਬਣਿਆ ਕਿ ਜਦ ਮੁਕਲ ਸੀ ਨੇ ਇੱਕ ਕਿਲ੍ਹੇ ਦੀ ਉਸਾਰੀ ਲਈ ਹੁਕਮ ਦਿੱਤਾ ਕਿ ਹਰ ਵੇਲੇ ਨੂੰ ਫੜ ਕੇ ਮਜ਼ਦੂਰੀ 'ਤੇ ਲਾਇਆ ਜਾਵੇ, ਤਾਂ ਉਸ ਵੇਲੇ ਜ਼ਬਰਦਸਤੀ ਬਾਬਾ ਫਰੀਦ ਜੀ ਨੂੰ ਲਿਆਇਆ ਗਿਆ ਅਤੇ ਗਾਰੇ ਦੀ ਭਰੀ ਟੋਕਰੀ ਢੋਣ ਲਈ ਆਖਿਆ ਗਿਆ। ਉਸ ਵੇਲੇ ਇੱਕ ਅਜੀਬ ਕੌਤਕ ਵਾਪਰਿਆ। ਗਾਰੇ ਦੀ ਭਰੀ ਟੋਕਰੀ ਬਾਬਾ ਫਰੀਦ ਦੇ ਸਿਰ ਤੋਂ ਸਵਾ ਹੱਥ ਉੱਪਰ ਉੱਡ ਰਹੀ ਸੀ। ਇਹ ਵੇਖ ਕੇ ਮਜ਼ਦੂਰ ਅਚੰਬਿਤ ਹੋ ਗਏ ਅਤੇ ਉਹਨਾਂ ਨੇ ਰਾਜੇ ਨੂੰ ਖਬਰ ਦਿੱਤੀ। ਜਦ ਰਾਜੇ ਨੇ ਇਸ ਨਜ਼ਾਰੇ ਨੂੰ ਆਪਣੀ ਅੱਖੀਂ ਵੇਖਿਆ ਤਾਂ ਉਹ ਬਾਬਾ ਫਰੀਦ ਜੀ ਦੇ ਪੈਰੀ ਪੈ ਗਿਆ ਅਤੇ ਆਪਣੀ ਭੁੱਲ ਬਖਸ਼ਾਈ। ਇਹ ਸ਼ਹਿਰ ਵੀ ਉਸ ਵੇਲੇ ਵਸਦਾ ਨਹੀਂ ਸੀ। ਉੱਤਰ ਪੱਛਮ ਤੋਂ ਲੁਟੇਰੇ ਆ ਕੇ ਇਸ ਸ਼ਹਿਰ ਨੂੰ ਲੁੱਟ ਲੈਂਦੇ ਸਨ। ਰਾਜੇ ਅਤੇ ਲੋਕਾਂ ਨੇ ਫਰੀਦ ਜੀ ਤੋਂ ਇਸ ਸ਼ਹਿਰ ਵਾਸਤੇ ਆਸ਼ੀਰਵਾਦ ਮੰਗਿਆ ਅਤੇ ਉਹਨਾਂ ਨੇ ਇਸ ਸ਼ਹਿਰ ਦਾ ਨਾਮ ਬਦਲਣ ਲਈ ਆਖਿਆ। ਲੋਕਾਂ ਨੇ ਇਸ ਸ਼ਹਿਰ ਦਾ ਨਾਮ ਫਰੀਦਕੋਟ ਰੱਖ ਦਿੱਤਾ। ਅੱਜ ਅਸੀਂ ਗੱਲ ਕਰਾਂਗੇ ਗੁਰਦੁਆਰਾ ਟਿੱਲਾ ਬਾਬਾ ਫਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ ਲਈ ਮਸ਼ਹੂਰ ਇਸ ਇਤਿਹਾਸਿਕ ਸ਼ਹਿਰ ਫਰੀਦਕੋਟ ਬਾਰੇ ਅਤੇ ਇਸ ਸ਼ਹਿਰ ਵਿੱਚ ਹੋਏ ਰਾਜਿਆਂ ਅਤੇ ਮਹਾਰਾਜਿਆਂ ਦੇ ਵਾਸੇ ਬਾਰੇ। ਨਿਊਜ਼ ਨੰਬਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਕੌਰ ਸਵਾਗਤ ਕਰਦੀ ਹਾਂ। ਜੈਸਲਮੇਰ ਦੇ ਜੈਸਲ ਰਾਜਵੰਸ਼ ਵਿੱਚੋਂ ਕਪੂਰ ਨਾਮਕ ਉੱਤਰਾਧਿਕਾਰੀ ਨੇ ਸੰਨ 1661 ਵਿੱਚ ਕੋਟ ਕਪੂਰੇ ਦੀ ਰਿਆਸਤ ਦੀ ਸਥਾਪਨਾ ਕੀਤੀ। ਉਹਨਾਂ ਦੇ ਪੋਤਰਿਆਂ ਵਿਚਕਾਰ ਪਰਿਵਾਰਕ ਜਾਇਦਾਦ ਵੰਡੀ ਗਈ। ਸਰਦਾਰ ਜੋਤ ਸਿੰਘ ਬਰਾੜ ਕੋਟ ਕਪੂਰੇ ਰਿਹਾ ਅਤੇ ਉਹਨਾਂ ਦਾ ਛੋਟਾ ਭਰਾ ਸਰਦਾਰ ਹਮੀਰ ਸਿੰਘ ਬਰਾੜ ਨੇ ਆਪਣੇ ਆਪ ਨੂੰ ਫਰੀਦਕੋਟ ਵਿੱਚ ਸਥਾਪਿਤ ਕਰ ਦਿੱਤਾ। ਸੰਨ 1763 ਤੋਂ ਸੰਨ 1782 ਵਿੱਚ ਹੋਈ ਉਹਨਾਂ ਦੀ ਮੌਤ ਤੱਕ ਉਹ ਫਰੀਦਕੋਟ ਦੇ ਪਹਿਲੇ ਸਰਦਾਰ ਰਹੇ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਦੋ ਪੁੱਤਰ ਦਲ ਸਿੰਘ ਅਤੇ ਮੋਹਰ ਸਿੰਘ ਵਿੱਚੋਂ ਮੋਹਰ ਸਿੰਘ ਫਰੀਦਕੋਟ ਦੇ ਦੂਜੇ ਸਰਦਾਰ ਬਣੇ। ਉਹਨਾਂ ਦੇ ਹੀ ਪੁੱਤਰ ਸਰਦਾਰ ਚਰਤ ਸਿੰਘ ਨੇ ਉਹਨਾਂ ਨੂੰ ਜਲਾਵਤਨ ਕਰ ਦਿੱਤਾ ਅਤੇ ਗੁਲਾਮੀ ਦੀ ਹਾਲਤ ਵਿੱਚ ਸੰਨ 1798 ਵਿੱਚ ਉਹਨਾਂ ਦੀ ਮੌਤ ਹੋ ਗਈ। ਫਰੀਦਕੋਟ ਦੇ ਤੀਜੇ ਸਰਦਾਰ ਸਾਹਿਬ ਜ਼ਿਆਦਾ ਦੇਰ ਤੱਕ ਗੱਦੀ 'ਤੇ ਨਾ ਟਿਕ ਸਕੇ। ਉਹਨਾਂ ਦੇ ਚਾਚੇ ਦਲ ਸਿੰਘ ਨੇ ਗੱਦੀ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਹਨਾਂ 'ਤੇ ਹਮਲਾ ਕਰ ਦਿੱਤਾ, ਜਿਸ ਦੇ ਕਾਰਨ ਸੰਨ 1804 ਵਿੱਚ ਉਹਨਾਂ ਦੀ ਮੌਤ ਹੋ ਗਈ। ਆਪਣੇ ਪਿੱਛੇ ਉਹ ਆਪਣੀਆਂ ਚਾਰ ਔਲਾਦਾਂ ਗੁਲਾਬ ਸਿੰਘ, ਪਹਾੜ ਸਿੰਘ, ਸਾਹਿਬ ਸਿੰਘ ਅਤੇ ਮਹਿਤਾਬ ਸਿੰਘ ਛੱਡ ਗਏ ਸਨ। ਦਲ ਸਿੰਘ ਫਰੀਦਕੋਟ ਦਾ ਸਰਦਾਰ ਬਣ ਤਾਂ ਗਿਆ, ਪਰ ਸਿਰਫ ਇੱਕ ਮਹੀਨੇ ਲਈ। ਗੁਲਾਬ ਸਿੰਘ ਦੇ ਸਰਪ੍ਰਸਤ ਫੌਜਾ ਸਿੰਘ, ਜੋ ਦਲ ਸਿੰਘ ਦੇ ਚਚੇਰੇ ਭਰਾ ਵੀ ਸਨ, ਉਹਨਾਂ ਨੇ ਦਲ ਸਿੰਘ ਦਾ ਕਤਲ ਕਰ ਦਿੱਤਾ ਅਤੇ ਅਸਲ ਰੂਪ ਵਿੱਚ ਫਰੀਦਕੋਟ ਦੇ ਚੌਥੇ ਸਰਦਾਰ ਗੁਲਾਬ ਸਿੰਘ ਨੂੰ ਸੰਨ 1804 ਵਿੱਚ ਹੀ ਐਲਾਨਿਆ ਗਿਆ। ਸੰਨ 1807 ਵਿੱਚ ਲਾਹੌਰ ਦਰਬਾਰ ਨੇ ਕੋਟ ਕਪੂਰਾ ਅਤੇ ਫਰੀਦਕੋਟ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਫਿਰ ਅਗਲੇ ਸਾਲ ਇਹ ਜਾਇਦਾਦਾਂ ਆਪਣੇ ਮਨਪਸੰਦ ਦੀਵਾਨ ਮੁਕਮ ਚੰਦ ਨੂੰ ਦੇ ਦਿੱਤੀਆਂ। ਹਾਲਾਂਕਿ ਸੰਨ 1809 ਵਿੱਚ ਬ੍ਰਿਟਿਸ਼ ਅਧਿਕਾਰੀਆਂ ਦੀ ਦਖਲ ਨਾਲ ਫਰੀਦਕੋਟ ਨੂੰ ਉਹਨਾਂ ਦੇ ਰਾਜ ਤੋਂ ਵਾਪਸ ਖੋਲ੍ਹਿਆ ਗਿਆ ਅਤੇ ਸਰਦਾਰ ਗੁਲਾਬ ਸਿੰਘ ਨੂੰ ਦੁਬਾਰਾ ਫਰੀਦਕੋਟ ਦੀ ਵਾਗ ਦੌੜ ਸੰਭਾਲਣ ਲਈ ਦਿੱਤੀ ਗਈ, ਪਰ ਕੋਟ ਕਪੂਰਾ ਲਾਹੌਰ ਦਰਬਾਰ ਦੇ ਅਧੀਨ ਹੀ ਰਿਹਾ। ਗੁਲਾਬ ਸਿੰਘ ਦੇ ਭਰਾ ਸਾਹਿਬ ਸਿੰਘ ਨੂੰ ਉਸ ਨਾਲ ਬਹੁਤ ਈਰਖਾ ਸੀ ਅਤੇ ਸਾਹਿਬ ਸਿੰਘ ਦੀ ਮਿਲੀਭਗਤ ਨਾਲ 5 ਨਵੰਬਰ 1826 ਨੂੰ ਸਰਦਾਰ ਗੁਲਾਬ ਸਿੰਘ ਦਾ ਕਤਲ ਕੀਤਾ ਗਿਆ। ਗੁਲਾਬ ਸਿੰਘ ਦਾ ਇੱਕੋ ਪੁੱਤਰ ਸੀ ਅਤਰ ਸਿੰਘ, ਜੋ ਫਰੀਦਕੋਟ ਦਾ ਅਗਲਾ ਸਰਦਾਰ ਐਲਾਨਿਆ ਗਿਆ। ਨਵੰਬਰ 1826 ਵਿੱਚ ਗੱਦੀ ਉੱਤੇ ਸੱਜੇ ਸਰਦਾਰ ਅਤਰ ਸਿੰਘ ਦੀ ਅਗਲੇ ਹੀ ਸਾਲ ਅਗਸਤ 1827 ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ, ਜਿਸ ਦੇ ਕਾਰਨ ਰਾਜ ਭਾਗ ਦੀ ਜ਼ਿੰਮੇਵਾਰੀ ਉਸਦੇ ਚਚੇਰੇ ਭਰਾ ਪਹਾੜ ਸਿੰਘ ਨੂੰ ਸੌਂਪੀ ਗਈ।
ਆਪਣੇ ਰਾਜ ਦੀ ਕਿਸਮਤ ਚਮਕਾਉਣ ਲਈ ਉਹ ਅੰਗਰੇਜ਼ਾਂ ਦੇ ਰੰਗ ਵਿੱਚ ਰੰਗਣ ਲੱਗ ਪਏ। ਸਨ 1839 ਤੋਂ 1842 ਦੇ ਪਹਿਲੇ ਅਫਗਾਨ ਯੁੱਧ ਦੌਰਾਨ ਉਹਨਾਂ ਨੇ ਆਵਾਜਾਈ ਅਤੇ ਸਪਲਾਈ ਵਿੱਚ ਸਹਾਇਤਾ ਕੀਤੀ। ਫਿਰ ਪਹਿਲੇ ਸਿੱਖ ਯੁੱਧ ਵਿੱਚ ਬ੍ਰਿਟਿਸ਼ ਫੌਜਾਂ ਦੇ ਨਾਲ ਮਿਲ ਕੇ ਸੇਵਾ ਕੀਤੀ ਅਤੇ ਲਾਹੌਰ ਦਰਬਾਰ ਦੇ ਵਿਰੁੱਧ ਸੰਘਰਸ਼ ਵਿੱਚ ਵੱਡੀ ਸਹਾਇਤਾ ਕੀਤੀ। ਸੇਵਾਵਾਂ ਦੇ ਇਨਾਮ ਵਿੱਚ ਉਹਨਾਂ ਨੂੰ ਰਾਜੇ ਦੇ ਖਿਤਾਬ ਦੀ ਤਰੱਕੀ ਦੇ ਨਾਲ ਨਾਲ ਕੋਟਕਪੂਰਾ ਅਤੇ ਨਾਭੇ ਦਾ ਕੁਝ ਇਲਾਕਾ ਮਿਲਿਆ। ਪਰ ਇਤਿਹਾਸ ਵਿੱਚ ਉਹਨਾਂ ਨੂੰ ਗੱਦਾਰ ਵੀ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਕਾਇਮ ਕੀਤੇ ਗਏ ਸਿੱਖ ਰਾਜ ਦੇ ਖਿਲਾਫ ਅੰਗਰੇਜ਼ਾਂ ਦੀ ਬਹੁਤ ਮਦਦ ਕੀਤੀ। ਸਨ 1849 ਵਿੱਚ ਹੋਈ ਮੌਤ ਤੱਕ ਰਾਜਾ ਪਹਾੜ ਸਿੰਘ ਨੇ ਆਪਣੀ ਚਤੁਰਾਈ ਨਾਲ ਆਪਣਾ ਇਲਾਕਾ ਦੋਗੁਣਾ ਕਰ ਲਿਆ ਸੀ। ਉਹਨਾਂ ਦੇ ਪੁੱਤਰ ਰਾਜਾ ਵਜ਼ੀਰ ਸਿੰਘ ਨੇ ਵੀ ਅੰਗਰੇਜ਼ਾਂ ਪ੍ਰਤੀ ਬੜੀ ਵਫ਼ਾਦਾਰੀ ਦਿਖਾਈ। ਸਨ 1849 ਦੀ ਦੂਸਰੀ ਸਿੱਖ ਲੜਾਈ ਅਤੇ 1857 ਦੇ ਵਿਰੋਧ ਵਿੱਚ ਅੰਗਰੇਜ਼ਾਂ ਨੂੰ ਆਪਣੀ ਸੇਵਾਵਾਂ ਦਿੱਤੀਆਂ, ਜਿਸ ਲਈ ਉਹਨਾਂ ਨੂੰ ਇਨਾਮ ਵੀ ਮਿਲੇ। ਸ਼ਾਮਦਾਸ ਨਾਮਕ ਇੱਕ ਬਾਗੀ ਉੱਤੇ ਹਮਲਾ ਕਰਨ ਅਤੇ ਅੰਗਰੇਜ਼ਾਂ ਦੀ ਸਹਾਇਤਾ ਕਰਨ ਦੇ ਬਦਲੇ ਉਹਨਾਂ ਨੂੰ ਬਰਾੜ ਪੰਸ ਰਾਜਾ ਸਾਹਿਬ ਬਹਾਦੁਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਫਰੀਦਕੋਟ ਨੂੰ ਵੀ 7 ਬੰਦੂਕਾਂ ਦੀ ਸਲਾਮੀ ਤੋਂ 11 ਬੰਦੂਕਾਂ ਦੀ ਸਲਾਮੀ ਦੀ ਤਰੱਕੀ ਮਿਲੀ। ਆਪਣੇ ਰਾਜਭਾਗ ਦੇ ਦੌਰਾਨ ਉਹਨਾਂ ਨੇ ਕਈ ਨਵੇਂ ਪਿੰਡ ਵੀ ਬਣਾਏ ਅਤੇ ਜ਼ਿੰਮੇਦਾਰੀ ਸਿਸਟਮ ਵਿੱਚ ਵੀ ਸੁਧਾਰ ਪੇਸ਼ ਕੀਤੇ। 22 April 1874 ਨੂੰ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦਾ ਇੱਕੋ ਇੱਕ ਪੁੱਤਰ ਰਾਜਾ ਬਿਕਰਮ ਸਿੰਘ ਬਰਾੜ ਪੰਸ ਬਹਾਦੁਰ ਫਰੀਦਕੋਟ ਦੀ ਗੱਦੀ ਦਾ ਅਗਲਾ ਵਾਰਿਸ ਬਣਿਆ ਅਤੇ ਉਹ ਵੀ ਆਪਣੇ ਪਿਓ ਦਾਦੇ ਦੇ ਨਕਸ਼ੇ ਕਦਮਾਂ 'ਤੇ ਤੁਰਿਆ। ਸਨ 1878 ਤੋਂ ਸਨ 1880 ਤੱਕ ਦੀ ਅਫਗਾਨ ਵਾਰ ਵਿੱਚ ਉਹਨਾਂ ਨੇ ਅੰਗਰੇਜ਼ਾਂ ਨੂੰ ਆਪਣਾ ਪੂਰਾ ਯੋਗਦਾਨ ਦਿੱਤਾ, ਪਰ ਉਹ ਆਪਣੇ ਕੌਮ ਦੇ ਮਸਲਿਆਂ ਵਿੱਚ ਵੀ ਰੁਚੀ ਦਿਖਾਉਂਦੇ ਸਨ। ਗੱਦੀ 'ਤੇ ਬੈਠਣ ਤੋਂ ਬਾਅਦ ਉਹਨਾਂ ਨੇ ਰਾਜ ਪ੍ਰਸ਼ਾਸਨ ਦਾ ਆਧੁਨੀਕਰਨ ਕੀਤਾ। ਉਹਨਾਂ ਨੇ ਸਕੂਲ ਅਤੇ ਚੈਰੀਟੇਬਲ ਹਸਪਤਾਲ ਖੋਲ੍ਹੇ, ਯਾਤਰੀਆਂ ਲਈ ਧਰਮਸ਼ਾਲਾਵਾਂ ਅਤੇ ਆਰਾਮ ਘਰ ਵੀ ਸਥਾਪਿਤ ਕੀਤੇ। ਫਰੀਦਕੋਟ, ਥਾਨੇਸਰ ਅਤੇ ਅੰਮ੍ਰਿਤਸਰ ਵਿਖੇ ਸੰਸਕ੍ਰਿਤ ਦੀਆਂ ਪਾਠਸ਼ਾਲਾਵਾਂ ਵੀ ਸ਼ੁਰੂ ਕੀਤੀਆਂ ਗਈਆਂ, ਜਿੱਥੇ ਵਿਦਿਆਰਥੀਆਂ ਨੂੰ ਮੁਫਤ ਦਾ ਭੋਜਨ ਵੀ ਦਿੱਤਾ ਜਾਂਦਾ ਸੀ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਨੂੰ ਵੀ ਵੱਡੀ ਰਕਮ ਦੇ ਕੇ ਸਹਾਇਤਾ ਕੀਤੀ ਅਤੇ ਉਹ ਅੰਮ੍ਰਿਤਸਰ ਵਿਖੇ ਖਾਲਸਾ ਦੀਵਾਨ ਦੇ ਸਰਪ੍ਰਸਤ ਵੀ ਸਨ। ਕਿਹਾ ਜਾਂਦਾ ਹੈ ਕਿ ਪਹਿਲਾਂ ਫਰੀਦਕੋਟ ਦੇ ਲੋਕ ਕਿਲ੍ਹੇ ਵਿੱਚ ਹੀ ਰਹਿੰਦੇ ਸਨ, ਪਰ ਜਦ ਸਨ 1873 ਵਿੱਚ ਕਿਲ੍ਹੇ ਦੀ ਦੀਵਾਰਾਂ ਦੇ ਆਸ ਪਾਸ ਸ਼ਹਿਰ ਵਸਾਇਆ ਗਿਆ ਤਾਂ ਲੋਕ ਉੱਥੇ ਜਾ ਕੇ ਰਹਿਣ ਲੱਗ ਪਏ। ਸਨ 1885 ਵਿੱਚ ਫਰੀਦਕੋਟ ਵਿੱਚ ਬਾਜ਼ਾਰ ਬਣਾਏ ਗਏ ਅਤੇ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਪੂਰੇ ਸ਼ਹਿਰ ਨੂੰ ਵਸਾਇਆ ਗਿਆ। ਹਰ ਰਾਜੇ ਨੇ ਸ਼ਹਿਰ ਵਿੱਚ ਅਲੱਗ ਅਲੱਗ ਕਿਸਮਾਂ ਦੀਆਂ ਇਮਾਰਤਾਂ ਬਣਵਾਈਆਂ ਅਤੇ ਫਰੀਦਕੋਟ ਦਾ ਢਾਂਚਾ ਚੰਗੀ ਤਰ੍ਹਾਂ ਖੜ੍ਹਾ ਕਰ ਦਿੱਤਾ। ਰਾਜਾ ਬਿਕਰਮ ਸਿੰਘ ਸਿੱਖ ਇਤਿਹਾਸ ਦੇ ਵਿੱਚ ਆਪਣੇ ਇੱਕ ਕੀਤੇ ਕਾਰਜ ਕਾਰਨ ਵੱਖਰੀ ਹੀ ਪਛਾਣ ਰੱਖਦੇ ਹਨ। ਬਹੁਤ ਸਾਰੇ ਵਿਵਾਦਾਂ ਤੋਂ ਬਾਅਦ ਵੀ ਹਰਿਮੰਦਰ ਸਾਹਿਬ ਵਿੱਚ ਸਨ 1897 ਵਿੱਚ ਬਿਜਲੀ ਦਾ ਪ੍ਰਵੇਸ਼ ਕਰਵਾਉਣ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਇਸ ਕੰਮ ਲਈ ਉਹਨਾਂ ਨੇ ਆਰਥਿਕ ਤੌਰ 'ਤੇ ਬਹੁਤ ਸਹਾਇਤਾ ਪ੍ਰਦਾਨ ਕੀਤੀ। ਇਸ ਕਾਰਜ ਦੇ ਪੂਰੇ ਹੋਣ ਦੇ 1 ਸਾਲ ਦੇ ਵਿੱਚ ਹੀ ਸਨ 1898 ਵਿੱਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਬਲਬੀਰ ਸਿੰਘ ਨੇ ਫਰੀਦਕੋਟ ਦੀ ਗੱਦੀ ਸੰਭਾਲੀ। ਉਹਨਾਂ ਦੇ ਰਾਜਭਾਗ ਦੇ ਸ਼ੁਰੂਆਤੀ ਕੁਝ ਸਾਲ ਅੰਗਰੇਜ਼ੀ ਮੁਲਾਜ਼ਮਾਂ ਦੀ ਦੇਖ ਰੇਖ ਹੇਠ ਗੁਜ਼ਰੇ ਅਤੇ ਸੰਨ 1904 ਵਿੱਚ ਉਹ ਆਪਣੀ ਹਕੂਮਤ ਸੰਭਾਲਣ ਦੇ ਯੋਗ ਸਾਬਿਤ ਹੋਣ ਤੋਂ 2 ਸਾਲ ਬਾਅਦ ਹੀ ਸੰਨ 1906 ਵਿੱਚ ਅਕਾਲ ਚਲਾਣਾ ਕਰ ਗਏ। ਉਹਨਾਂ ਨੇ ਆਪਣੇ ਰਾਜ ਦੇ ਦੌਰਾਨ ਸੰਨ 1902 ਵਿੱਚ ਵਿਕਟੋਰੀਆ ਮੈਮੋਰੀਅਲ ਕਲੋਕ ਟਾਵਰ ਬਣਵਾਇਆ। ਰਾਜਾ ਬਿਕਰਮ ਸਿੰਘ ਦੇ ਰਾਜਭਾਗ ਅਤੇ ਬਲਬੀਰ ਸਿੰਘ ਦੀ ਨਿਗਰਾਨੀ ਹੇਠ ਸੰਨ 1885 ਤੋਂ 1899 ਦੇ ਦੌਰਾਨ ਬਣਾਇਆ ਰਾਜ ਮਹਿਲ ਅਸਲ ਰੂਪ ਵਿੱਚ ਉਹਨਾਂ ਦਾ ਸ਼ਾਹੀ ਘਰ ਸਾਬਿਤ ਹੋਇਆ, ਜਿੱਥੇ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ।
ਉਸ ਸਮੇਂ ਤੋਂ ਪਹਿਲਾਂ ਤੱਕ ਫਰੀਦਕੋਟ ਦਾ ਸ਼ਾਹੀ ਪਰਿਵਾਰ ਕਿਲ੍ਹਾ ਮੁਬਾਰਕ ਵਿੱਚ ਰਹਿੰਦਾ ਸੀ। ਰਾਜਾ ਬਲਬੀਰ ਸਿੰਘ ਦੀ ਆਪਣੀ ਕੋਈ ਔਲਾਦ ਨਹੀਂ ਸੀ, ਪਰ ਉਹਨਾਂ ਨੇ ਆਪਣੀ ਮੌਤ ਤੋਂ ਕੁਝ ਵਰ੍ਹੇ ਪਹਿਲਾਂ ਗੋਦ ਲਿੱਤੇ ਭਤੀਜੇ ਬ੍ਰਿਜ ਇੰਦਰ ਸਿੰਘ ਨੂੰ ਆਪਣੀ ਗੱਦੀ ਦਾ ਵਾਰਿਸ ਐਲਾਨਿਆ ਹੋਇਆ ਸੀ। 26 ਅਕਤੂਬਰ 1896 ਨੂੰ ਜਨਮੇ ਬ੍ਰਿਜ ਇੰਦਰ ਸਿੰਘ ਫਰੀਦਕੋਟ ਦੀ ਗੱਦੀ 'ਤੇ 15 ਮਾਰਚ 1906 ਨੂੰ ਸਜੇ, ਪਰ ਉਹਨਾਂ ਨੂੰ ਆਪਣੇ ਪੂਰੇ ਅਧਿਕਾਰ ਮਿਲੇ 24 ਨਵੰਬਰ 1916 ਨੂੰ। ਉਸ ਤੋਂ ਪਹਿਲਾਂ ਕਾਉਂਸਲ ਆਫ ਰੀਜੈਂਸੀ ਉਹਨਾਂ ਦੇ ਰਾਜ ਭਾਗ ਦੀ ਕਮਾਨ ਸੰਭਾਲਦੀ ਸੀ। ਉਹਨਾਂ ਸਮਿਆਂ ਵਿੱਚ ਹੀ ਪਹਿਲਾ ਵਿਸ਼ਵ ਯੁੱਧ ਛਿੜ ਚੁੱਕਾ ਸੀ। ਰਾਜਾ ਬ੍ਰਿਜ ਇੰਦਰ ਸਿੰਘ ਅਤੇ ਉਹਨਾਂ ਦੀ ਫੌਜ ਨੇ ਅੰਗਰੇਜ਼ਾਂ ਨੂੰ ਯੁੱਧ ਦੇ ਦੌਰਾਨ ਬਹੁਤ ਸੇਵਾਵਾਂ ਦਿੱਤੀਆਂ। ਉਹਨਾਂ ਨੂੰ ਆਨਰੇਰੀ ਮੇਜਰ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਦੀ ਫੌਜ ਨੇ ਈਸਟ ਅਫਰੀਕਾ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ। ਇਸ ਸਭ ਦੇ ਨਤੀਜੇ ਵਜੋਂ ਰਾਜਾ ਬ੍ਰਿਜ ਇੰਦਰ ਸਿੰਘ ਨੂੰ ਮਹਾਰਾਜਾ ਦੀ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਗਿਆ। ਸੰਨ 1918 ਵਿੱਚ ਉਹਨਾਂ ਦੀ ਮੌਤ ਹੋ ਗਈ ਅਤੇ ਤਖ਼ਤ ਦਾ ਵਾਰਿਸ ਸੀ ਉਹਨਾਂ ਦਾ 3 ਸਾਲ ਦਾ ਪੁੱਤਰ ਹਰਿੰਦਰ ਸਿੰਘ। ਇੰਨੀ ਛੋਟੀ ਉਮਰ ਦੇ ਮਹਾਰਾਜਾ ਦਾ ਸਾਫ਼ ਮਤਲਬ ਸੀ ਕੋਈ ਦੂਜੀ ਹਕੂਮਤ। 16 ਸਾਲ ਬਾਅਦ ਸੰਨ 1934 ਵਿੱਚ ਉਹਨਾਂ ਨੇ ਆਪਣੇ ਰਾਜ ਭਾਗ ਦੀ ਕਮਾਨ ਸੰਭਾਲੀ। ਉਹਨਾਂ ਦੀ ਸਿੱਖਿਆ ਦਾ ਖਾਸ ਧਿਆਨ ਰੱਖਿਆ ਗਿਆ ਸੀ ਅਤੇ ਉਹਨਾਂ ਨੇ ਪ੍ਰਸ਼ਾਸਨ ਅਤੇ ਮਿਲਟਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਹ ਇੱਕ ਕੁਸ਼ਲ ਖਿਡਾਰੀ ਸਨ, ਪਰ ਉਹਨਾਂ ਨੂੰ ਸਭ ਤੋਂ ਵੱਧ ਰੁਚੀ ਫੌਜ ਵਿੱਚ ਸੀ। ਉਹਨਾਂ ਨੇ ਦੂਜੇ ਵਿਸ਼ਵ ਯੁੱਧ ਵਿੱਚ ਆਪਣੀਆਂ ਬਹੁਤ ਸੇਵਾਵਾਂ ਦਿੱਤੀਆਂ। ਉਹ ਚੈਂਬਰ ਆਫ ਪ੍ਰਿੰਸਿਸ ਦੀ ਸਟੈਂਡਿੰਗ ਕਮੇਟੀ ਦੇ ਮੈਂਬਰ ਵੀ ਸਨ। ਮਹਾਰਾਜਾ ਦੇ ਸਾਲੇ ਹੈਨਰੀ ਮਹਿਤਾਬ ਦੇ ਕਹਿਣ ਮੁਤਾਬਿਕ ਸੰਨ 1947 ਦੇ ਬਟਵਾਰੇ ਦੇ ਸਮੇਂ ਹੋਏ ਦੰਗਿਆਂ ਦੌਰਾਨ ਉਹਨਾਂ ਨੇ ਇੱਕ ਵੀ ਮੁਸਲਮਾਨ ਦਾ ਖੂਨ ਨਹੀਂ ਸੀ ਵਹਿਣ ਦਿੱਤਾ ਅਤੇ ਉਹਨਾਂ ਦੇ ਇਲਾਕੇ ਦਾ ਹਰ ਮੁਸਲਮਾਨ ਪਾਕਿਸਤਾਨ ਸੁਰੱਖਿਅਤ ਪਹੁੰਚਿਆ ਸੀ। ਸੰਨ 1948 ਵਿੱਚ ਫਰੀਦਕੋਟ ਨੂੰ ਪੈਪਸੂ ਵਿੱਚ ਮਿਲਾ ਦਿੱਤਾ ਗਿਆ। ਅਧਿਕਾਰਤ ਤੌਰ 'ਤੇ ਫਰੀਦਕੋਟ ਦੇ ਆਖਰੀ ਮਹਾਰਾਜੇ ਦੇ 1 ਪੁੱਤਰ ਅਤੇ 3 ਧੀਆਂ ਸਨ। ਉਹਨਾਂ ਦੇ ਪੁੱਤਰ ਟਿੱਕਾ ਹਰਮੋਹਿੰਦਰ ਸਿੰਘ ਦੀ ਇੱਕ ਸੜਕ ਦੁਰਘਟਨਾ ਦੌਰਾਨ ਮੌਤ ਸੰਨ 1981 ਵਿੱਚ ਉਹਨਾਂ ਦੀ ਆਪਣੀ ਮੌਤ ਤੋਂ 8 ਸਾਲ ਪਹਿਲਾਂ ਹੋ ਗਈ। ਉਹਨਾਂ ਦੀ ਸਾਰੀ ਜਾਇਦਾਦ ਮਹਾਰਾਵਲ ਖੇਵਾਜੀ ਟਰੱਸਟ ਦੇ ਨਾਮ ਮਿਲੀ। ਉਹਨਾਂ ਦੀਆਂ ਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ। ਸੰਨ 1992 ਵਿੱਚ ਦਰਜ ਕੀਤੇ ਗਏ ਮੁਕੱਦਮੇ ਦਾ 20 ਸਾਲ ਬਾਅਦ ਇਹ ਫੈਸਲਾ ਹੋਇਆ ਕਿ ਟਰੱਸਟ ਦੇ ਨਾਮ ਕੀਤੀ ਗਈ ਜਾਇਦਾਦ ਫਰਜ਼ੀ ਹੈ। ਲੰਬੀ ਉਡੀਕ ਤੋਂ ਬਾਅਦ 20,000 ਕਰੋੜ ਰੁਪਇਆਂ ਦੀ ਪ੍ਰੋਪਰਟੀ ਉਹਨਾਂ ਦੀ ਉਸ ਸਮੇਂ ਜੀਵਿਤ 2 ਧੀਆਂ ਅੰਮ੍ਰਿਤ ਕੌਰ ਅਤੇ ਦੀਪਿੰਦਰ ਕੌਰ ਨੂੰ ਦਿੱਤੀ ਗਈ। ਫਰੀਦਕੋਟ ਦੇ ਸ਼ਾਹੀ ਘਰਾਣੇ ਕੋਲ ਬਹੁਤ ਸਾਰੀਆਂ ਸ਼ਾਹੀ ਗੱਡੀਆਂ, ਕਿਲ੍ਹੇ, ਮਹਿਲ ਅਤੇ ਜੱਦੀ ਗਹਿਣੇ ਆਦਿ ਵੀ ਨੇ। ਇਸ ਸ਼ਾਹੀ ਪਰਿਵਾਰ ਦੀ ਦੌਲਤ ਫਰੀਦਕੋਟ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਅੰਬਾਲਾ, ਚੰਡੀਗੜ੍ਹ, ਸ਼ਿਮਲਾ, ਗੁੜਗਾਉਂ, ਨਵੀਂ ਦਿੱਲੀ ਅਤੇ ਹੈਦਰਾਬਾਦ ਤੱਕ ਵੀ ਫੈਲੀ ਹੋਈ ਹੈ। ਮਹਾਰਾਜਾ ਹਰਿੰਦਰ ਸਿੰਘ ਦੇ ਭਤੀਜੇ ਨੂੰ ਵੀ ਫਰੀਦਕੋਟ ਦੇ ਲੋਕਾਂ ਨੇ ਬਹੁਤ ਮਾਣ ਅਤੇ ਸਤਿਕਾਰ ਬਖਸ਼ਿਆ ਅਤੇ ਉਹਨਾਂ ਵਾਸਤੇ ਉਹ ਉਹਨਾਂ ਦੇ ਰਾਜਾ ਹੀ ਸਨ। ਰਾਜਾ ਭਾਰਤਿੰਦਰ ਸਿੰਘ ਦੇ ਪੁੱਤਰ ਰਾਜਾ ਅਮਰਿੰਦਰ ਸਿੰਘ ਅੱਜ ਵੀ ਲੋਕਾਂ ਦੇ ਉਸ ਪਿਆਰ ਨੂੰ ਮਹਿਸੂਸ ਕਰ ਰਹੇ ਹਨ। ਪੰਜਾਬ ਅਤੇ ਸਿੱਖ ਇਤਿਹਾਸ ਦੇ ਨਾਲ ਤੁਹਾਨੂੰ ਰੂਬਰੂ ਕਰਦੇ ਰਹਾਂਗੇ। ਤਦ ਤੱਕ ਲਈ ਤੁਸੀਂ ਜੁੜੇ ਰਹੋ ਨਿਊਜ਼ ਨੰਬਰ ਦੇ ਨਾਲ ਅਤੇ ਮੈਨੂੰ ਅੰਕੁਰਦੀਪ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।